ओ आ गए, आ जाओ आ जाओ, लंघे आओ, बैठो जी बैठो, आ जाओ। होरी माल माल लाई है, बच्चा चाहिए कि नहीं चाहिए हैगा, तू बंदियां को दस बच्चा दे चाहिए कि नहीं चाहिए, बच्चा चाहिए कि नहीं चाहिए। नहीं बकवास मारी चल जाते हैं बैठे, मनिंदर, इतने थोड़ी गल्लां सुनने नहीं बैठा मैं। ਉਹਨਾਂ ਬੱਚਿਆਂ ਦਾ ਕੀ ਕਸੂਰ ਸੀਗਾ ਜਿਹੜੇ ਤੁਸੀਂ ਨਸ਼ਿਆਂ ਦੀ ਭੇਟ ਚੜਾਤੇ? ਹੈ ਉਹਨਾਂ ਦੇ ਮਾਂ-ਬਾਪ ਦਾ ਕੀ ਕਸੂਰ ਸੀਗਾ ਜਿਨ੍ਹਾਂ ਨੇ ਜਵਾਨ ਪੁੱਤ ਦੀ ਅਰਥੀ ਆਪਣੇ ਮੋਢਿਆਂ ਤੇ ਚੱਕ ਕੇ ਸਿਵਿਆਂ ਨੂੰ ਭੇਜੀ ਆ? ਬੈਠੋ ਸਰ। ਸਰ ਮੈਂ ਆਪਣਾ ਵਾਅਦਾ ਪੂਰਾ ਕਰਤਾ ਹੈ। ਇਹੀ ਨੇ ਉਹ ਦੋ ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਸੀ? ਅੱਛਾ, ਇਹੀ ਨੇ ਮਗਰਮੱਛ? ਹੈ ਗੋਰਿਆਂ ਚਿਹਰਾਂ ਦੇ ਪਿੱਛੇ ਕਾਲੇ ਕੰਮ। ਅਤੇ ਬਾਈ ਜੀ, ਕੰਮ ਤਾਂ ਤੁਸੀਂ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਵਾਲਾ ਹੀ ਕੀਤਾ, ਇਹਨਾਂ ਦਾ ਬੱਚਾ ਚੁੱਕ ਕੇ। ਸਰ ਮੈਂ ਮੰਨਦਾ ਜੀ ਮੇਰੀ ਗਲਤੀ ਆ, ਪਰ ਇਹਨਾਂ ਦੀ ਵੀਕਨੈਸ ਹੋਈ ਸੀ, ਮੈਨੂੰ ਮਜਬੂਰੀ 'ਚ ਕਰਨਾ ਪਿਆ, ਪਰ ਮੈਂ ਇਹਨਾਂ ਦੇ ਬੱਚੇ ਨੂੰ ਇੱਕ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ। ਤੁਸੀਂ ਅੱਜ ਵੀ ਚੈੱਕ ਕਰ ਸਕਦੇ ਹੋ। ਦਿਖਾਓ ਜੇ ਕਿੱਧਰ ਆ ਬੱਚਾ। ਆ ਜਾਓ। ਮੈਂ ਤਾਂ ਉਹਨੂੰ ਆਪਣੇ ਘਰ ਦੇ ਬੱਚਿਆਂ ਨਾਲੋਂ ਵੀ ਜ਼ਿਆਦਾ ਪਿਆਰ ਕੀਤਾ ਜੀ ਇੱਕ ਦਿਨ 'ਚ। ਚਾਚੂ ਕੋਈ ਆਇਆ? ਕੌਣ ਆਇਆ? ਹਾਂਜੀ ਬੇਟਾ, ਠੀਕ ਹੋ? ਹਾਂਜੀ। ਕਿੱਦਾਂ ਮਾਰਿਆ ਤਾਂ ਨਹੀਂ ਇਹਨਾਂ ਨੇ ਤੁਹਾਨੂੰ? ਨਹੀਂ ਨਹੀਂ, ਇਹ ਤਾਂ ਬਹੁਤ ਵਧੀਆ ਨੇ, ਇਹਨਾਂ ਨੇ ਮੈਨੂੰ ਕਰੰਚੀ ਵੀ ਦਿੱਤੀ, ਕੋਲਡ ਡਰਿੰਕ ਵੀ ਪਵਾਈ, ਆਸ ਤਾਂ ਹੁਣ ਘੋੜਾ ਘੋੜਾ ਖੇਲ ਰਹੇ ਸੀ। ਵੈਰੀ ਗੁੱਡ ਬੱਚਾ, ਪਾਪਾ ਕੋਲ ਜਾਣਾ? ਹਾਂਜੀ। ਆ ਜਾਓ। ਹਾਂਜੀ, ਠੀਕ ਹੋ ਤੁਸੀਂ? ਹਾਂਜੀ। ਹੈ ਪਾਪਾ ਆਇਆ ਬਾਹਰ ਮਿਲਣਾ? ਹਾਂਜੀ। ਥੋੜ੍ਹੀ ਦੇਰ ਤੱਕ ਮਿਲਾਉਂਦੇ ਹਾਂ ਤੁਹਾਨੂੰ, ਤੁਸੀਂ ਇੱਥੇ ਠੀਕ ਹੈ? ਠੀਕ ਹੈ, ਇੱਥੇ ਬਹਿ ਜਾਓ। ਠੀਕ ਹੈ, ਹੋਰ ਖਾਣੀ ਕਰੰਚੀ? ਹਾਂਜੀ, ਮੈਂ ਲਿਆ ਕੇ। ਠੀਕ ਹੈ। ਭਾਈ ਸਾਹਿਬ, ਤੁਸੀਂ ਬਹੁਤ ਵਧੀਆ ਕੰਮ ਕੀਤਾ, ਸਾਨੂੰ ਅਸਲੀ ਮੁਜਰਮਾਂ ਤੱਕ ਪਹੁੰਚਾਤਾ, ਅਤੇ ਹੁਣ ਮੈਂ ਜਾਣਾ ਅਤੇ ਮੇਰਾ ਕੰਮ ਜਾਣੇ, ਇਹ ਮੇਰਾ ਫਰਜ਼ ਬਣਦਾ ਸੀਗਾ ਜੀ। ਤੁਸੀਂ ਬੈਠੋ, ਤੁਸੀਂ ਹੁਣ ਦੇਖ ਤਾਂ ਲਿਆ ਹੀ ਆ ਇਹਨਾਂ ਦਾ ਜਵਾਕ ਕੀ ਕਿੱਦਾਂ ਹੈਗਾ ਕਿੱਦਾਂ ਨਹੀਂ। ਹੁਣ ਤੁਸੀਂ ਇਹਨਾਂ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਲੈ ਕੇ ਜਾ ਸਕਦੇ ਹੋ। ਲੈ ਕੇ ਜਾਣਾ ਜੀ, ਵੀ ਨੰਬਰ ਹੀ ਸਟਾਰਟ ਹੋਈ ਆ, ਫਿਲਮ ਤਾਂ ਹਾਲੇ ਬਾਕੀ ਆ। ਇਹਨਾਂ ਦੇ ਪਿੱਛੇ ਵੀ ਜਿਵੇਂ ਇਹਨਾਂ ਨੇ ਕਿਸੇ ਨੂੰ ਗਲਤ ਰਾਹ ਪਾਇਆ, ਇਹਨਾਂ ਦੇ ਪਿੱਛੇ ਵੀ ਕੋਈ ਇਹਨਾਂ ਨੂੰ ਪਾਉਣ ਵਾਲਾ ਵੀ ਆ। ਜਿੰਨਾ ਚਿਰ ਅਸੀਂ ਜਿਹੜਾ ਪਿੱਛੇ ਬੈਠਾ ਇਹਨਾਂ ਦੇ ਜਿਹੜਾ ਸਾਰੀ ਗੇਮ ਨੂੰ ਘੁਮਾ ਰਿਹਾ ਉਹਨੂੰ ਨਹੀਂ ਫੜਦੇ, ਉਹਨਾਂ ਚਿਰ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਦਰਿਆ ਵਗ ਰਿਹਾ ਨਾ, ਇਹਨੂੰ ਠੱਲ ਨਹੀਂ ਅਸੀਂ ਪਾ ਸਕਦੇ। ਹਾਂ, ਇਹ ਇਕੱਲੇ ਪੁਲਿਸ ਵੀ ਨਹੀਂ ਕਰ ਸਕਦੀ, ਇਹ ਤੁਹਾਡੇ ਵਰਗੇ ਭਰਾਵਾਂ ਦਾ ਜੇ ਸਾਥ ਹੋਊਗਾ ਨਾ ਤਾਂ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ, ਜਵਾਨੀ ਨੂੰ ਬਚਾ ਸਕਦੇ ਹਾਂ, ਕਿਸਾਨੀ ਨੂੰ ਬਚਾ ਸਕਦੇ ਹਾਂ, ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ, ਸਾਡੀਆਂ ਪੀੜ੍ਹੀਆਂ
ਖਤਮ ਹੋ ਜਾਣਗੀਆਂ, ਕਿਉਂਕਿ ਕੁਝ ਲੋਕ ਹਲੇ ਵੀ ਬਾਕੀ ਨੇ ਜਿਹੜੇ ਚੰਦ ਪੈਸਿਆਂ ਦੇ ਲਈ ਆਪਣੇ ਜ਼ਮੀਰ ਨੂੰ ਵੇਚਣ ਲਈ ਤਿਆਰ ਹੋ ਜਾਂਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ, ਜਿੰਨਾ ਸਾਡੇ ਤੋਂ ਹੋਊਗਾ ਅਸੀਂ ਤੁਹਾਡਾ ਸਾਥ ਦੇਵਾਂਗੇ। ਅਤੇ ਨਾਲੇ ਜਨਾਬ ਸਨੀ, ਇਹ ਕੁਛ ਪੇਮੈਂਟ ਹੈ ਇਹਦੀ ਜਿਹੜੀ ਇਹਨਾਂ ਵੱਲੋਂ ਸਾਨੂੰ ਦਿੱਤੀ ਗਈ ਸੀ। ਸਾਨੂੰ ਇਹ ਹਰਾਮ ਦੀ ਕਮਾਈ ਪਚਦੀ ਨਹੀਂ ਜੀ। ਆਹ ਇਹਨਾਂ ਦੇ ਮੋਬਾਈਲ ਨੇ, ਆਹ ਪੈਸੇ ਹੈ ਜੀ। ਬਾਕੀ ਜੋ ਜੋ ਸਾਨੂੰ ਇਨਫੋਰਮੇਸ਼ਨ ਅਸੀਂ ਉਹ ਵੀ ਤੁਹਾਡੇ ਤੱਕ ਪਹੁੰਚਾ ਦਾਂਗੇ। ਤੁਸੀਂ ਇਹਨਾਂ ਦਾ ਜੋ ਹਸ਼ਰ ਕਰਨਾ ਕਰ ਸਕਦੇ ਹੋ। ਹਾਂਜੀ ਚੱਲੀਏ ਫਿਰ, ਹੋ ਗਈ ਗੇਮ ਖਤਮ। ਚਲੋ ਜੀ, ਜਾਣ ਤੋਂ ਪਹਿਲਾਂ ਇੱਕ ਵਾਰੀ ਸਾਡੇ ਬੇਟੇ ਨੂੰ ਮਿਲਾ ਦਿਓ। ਅੱਗੇ ਤੋਂ ਨਹੀਂ ਕਰਦੇ ਜੀ ਕੋਈ ਇਹੋ ਜਿਹਾ ਕੰਮ, ਸਾਨੂੰ ਇੱਕ ਵਾਰੀ ਬੱਚੇ ਨਾਲ ਮਿਲਾ ਦਿਓ। ਬੱਚੇ ਨੂੰ ਮਿਲ ਲੈਣ ਦਿਓ ਸਾਨੂੰ। ਅਵਨੀਤ ਸਿੰਘ, ਅੱਜ ਬੈਠੋ। ਹਾਂ ਕੌਣ ਨੇ? ਪਾਪਾ ਤਾਓ, ਤੁਸੀਂ ਇੱਥੇ? ਹਾਂ, ਤੈਨੂੰ ਮਿਲਣ ਆਏ ਆ, ਤੈਨੂੰ ਲੈਣ ਆਏ ਆ। ਤੂੰ ਕਿੱਥੇ ਚਲਾ ਗਿਆ ਸੀ? ਉਹਨਾਂ ਨੂੰ ਮਿਲਣਾ? ਤੁਹਾਡੇ ਪਾਪਾ ਤੇ ਤਾਊ ਬੈਡ ਨੇ? ਨਹੀਂ, ਮੇਰੇ ਪਾਪਾ ਬੈਡ ਨਹੀਂ ਹੋ ਸਕਦੇ, ਮੇਰੇ ਪਾਪਾ ਤੇ ਤਾਊ ਬੈਡ ਨਹੀਂ ਹੋ ਸਕਦੇ। ਬੈਡ ਨੇ, ਤਾਊ ਜੀ ਵੀ ਬੈਡ ਨੇ, ਪਾਪਾ ਵੀ ਬੈਡ ਨੇ। ਇਹ ਨਾ ਗਲਤ ਕੰਮ ਕਰਦੇ ਨੇ, ਇਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਮਾਰਤਾ। ਆਈ ਹੇਟ ਯੂ ਪਾਪਾ। ਪਾਪਾ, ਮੈਂ ਤੁਹਾਨੂੰ ਅੱਜ ਤੋਂ ਕਦੀ ਨਹੀਂ ਬੁਲਾਣਾ। ਬੜੇ ਗਲਤ ਕੰਮ ਕਰਦੇ ਨੇ ਇਹਨਾਂ ਨੇ ਨਾ, ਕਿੰਨੇ ਬੱਚਿਆਂ ਨੂੰ ਨਾ ਉਹਦੇ ਮੰਮੀ ਪਾਪਾ ਤੋਂ ਅਲੱਗ ਕਰਤਾ। ਚਾਚੂ ਕਿੰਨੇ ਵਧੀਆ ਨੇ, ਇਹਨਾਂ ਨੇ ਮੈਨੂੰ ਮਾਰਿਆ ਨਹੀਂ। ਚਾਚੂ ਆ ਕੌਣ ਨੇ? ਇਹ ਪੁਲਿਸ ਵਾਲੇ ਅੰਕਲ ਨੇ, ਜਿਹੜੇ ਜਿਹੜੇ ਬੈਡ ਕੰਮ ਕਰਦੇ ਨੇ ਨਾ ਪੁਲਿਸ ਵਾਲੇ ਅੰਕਲ, ਉਹਨਾਂ ਨੂੰ ਲੈ ਜਾਂਦੇ ਨੇ। ਅੰਕਲ ਅੰਕਲ, ਇਹਨਾਂ ਨੂੰ ਲੈ ਜਾਓ, ਆ ਗਲਤ ਕੰਮ ਕਰਦੇ ਨੇ, ਮੈਨੂੰ ਨਹੀਂ ਪਸੰਦ। ਚਲੋ ਜੀ, ਸਾਡੇ ਬੱਚੇ ਨੂੰ ਘਰ ਤੱਕ ਸਹੀ ਸਲਾਮਤ ਪਹੁੰਚਾ ਦਿਓ। ਪਰ ਜਿਹੜੇ ਮਾਵਾਂ ਦੇ ਪੁੱਤ ਤੁਸੀਂ ਕਬਰਾਂ ਤੱਕ ਪਹੁੰਚਾਤੇ, ਉਹਨਾਂ ਦਾ ਕੀ ਆ? ਕਦੇ ਜ਼ਮੀਰ ਨਹੀਂ ਤੁਹਾਡਾ, ਤੁਹਾਡਾ ਜ਼ਮੀਰ ਨਹੀਂ ਕਦੇ ਰੋਇਆ? ਅੱਜ ਤੁਹਾਨੂੰ ਇੱਕ ਛੋਟੀ ਜਿਹੀ ਤਕਲੀਫ ਤੁਹਾਡੇ ਬੱਚੇ ਦੀ ਸਿਰਫ ਪਰਾਂ ਹੋਣ ਦੀ ਹੋਈ ਆ। ਧੰਨ ਉਹ ਮਾਂ ਬਾਪ, ਧੰਨ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਸਦਾ ਲਈ ਤੁਸੀਂ ਗੋਦੀ ਚੋਂ ਕੱਢ ਕੇ ਨਰਕਾਂ ਦੇ ਵਿੱਚ ਝੋਕਤੇ। ਚਲੀਏ ਜੀ। ਚਲੋ ਆ ਜਾ, ਇੱਕ ਵਾਰੀ ਮਿਲ ਤਾਂ ਲੈ, ਆ ਜਾ ਮੇਰਾ ਬੱਚਾ। ਨਹੀਂ ਨਹੀਂ ਪਾਪਾ, ਤਾਂ ਮੈਂ ਨਹੀਂ ਆਣਾ। ਘਰੇ ਤੇਰੀ ਮੰਮਾ, ਵੱਡੇ ਮੰਮਾ ਸਾਰੇ ਉਡੀਕਦੇ ਆ ਬੱਚੇ ਤੈਨੂੰ। ਮੈਂ ਤੈਨੂੰ ਘਰੇ ਛੱਡ ਦੂੰਗਾ, ਠੀਕ ਆ? ਜਿਹੜੇ ਜਿਹੜੇ ਬੈਡ ਕੰਮ ਕਰਦੇ ਨਾ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ। ਮੈਂ ਤੈਨੂੰ ਮਾਰਿਆ ਤਾਂ ਨਹੀਂ, ਮੈਂ ਤੈਨੂੰ ਚੀਜ਼ਾਂ ਲਿਆ ਕੇ ਦਿੱਤੀਆਂ ਨਾ। ਤੇਰੇ ਪਾਪਾ ਤੇ ਤਾਊ ਨੂੰ ਬਚਾ ਲਈਏ? ਨਹੀਂ, ਇਹ ਬੈਡ ਕੰਮ ਕਰਦੇ, ਨਹੀਂ ਬਚਾਉਣਾ। ਜੇ ਉਹ ਕਹਿਣਗੇ ਕਿ ਅਸੀਂ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਨਹੀਂ ਕਰਦੇ, ਜੇ ਉਹਨਾਂ ਤੋਂ ਪ੍ਰੋਮਿਸ ਕਰਵਾ ਲਵੇ, ਫਿਰ ਮੈਂ ਬਚਾ ਸਕਦਾ। ਆਪਾਂ ਇੱਕ ਚਾਂਸ ਦੇ ਦਿੰਦੇ ਆ। ਠੀਕ ਹੈ, ਜਾ ਦੇਖ ਫਿਰ ਪਾਪਾ ਨੂੰ ਸਮਝਾ ਕੇ ਦੇਖ, ਜਾ ਤਾਊ ਨੂੰ ਵੀ ਸਮਝਾ। ਪਾਪਾ ਤਾਊ, ਪਾਪਾ ਤਾਊ, ਤੁਸੀਂ ਅੱਜ ਤੋਂ ਇਦਾਂ ਨਹੀਂ ਕਰੋਗੇ ਨਾ? ਨਹੀਂ ਬੱਚੇ, ਕਦੀ ਵੀ ਨਹੀਂ ਕਰਾਂਗੇ। ਪ੍ਰੋਮਿਸ ਕਰੋ। ਪ੍ਰੋਮਿਸ ਪ੍ਰੋਮਿਸ ਪੁੱਤ।
ਤੇਰੀ ਤੋਂ ਵੱਧ ਕੇ ਸਾਨੂੰ ਕੁਛ ਨਹੀਂ ਹੈ। ਠੀਕ ਹੈ ਕੀ ਕਹਿੰਦੇ ਫਿਰ? ਕਹਿੰਦੇ ਨਹੀਂ ਕਰਾਂਗੇ। ਫਿਰ ਬਚਾ ਲਈਏ? ਬਚਾ ਲਓ। ਹੈ ਠੀਕ ਹੈ, ਪਾਪਾ ਚੰਗੇ ਹੋ ਗਏ? ਹਾਂਜੀ। ਜੇ ਗਲਤ ਕੰਮ ਕਰਨਗੇ ਫਿਰ ਪੁਲਿਸ ਨੂੰ ਫੜਾ ਦਾਂਗੇ। ਠੀਕ ਹੈ ਠੀਕ ਹੈ ਠੀਕ ਹੈ, ਆ ਜਾਓ ਫਿਰ। ਮੈਂ ਚਾਹੁੰਦਾ ਤਾਂ ਤੁਹਾਨੂੰ ਅਸਲੀ ਪੁਲਿਸ ਕੋਲ ਫੜਾਉਂਦਾ, ਪਰ ਇਹ ਮੈਨੂੰ ਸਾਰਾ ਡਰਾਮਾ ਕਰਨਾ ਪਿਆ। ਤੁਹਾਡੇ ਕਹਿਣ ਦਾ ਕੀ ਮਤਲਬ? ਇਹ ਅਸਲੀ ਪੁਲਿਸ ਨਹੀਂ, ਇਹ ਸਿਰਫ ਲੱਗਦੇ ਨੇ, ਇਹ ਮੇਰੇ ਦੋਸਤ ਨੇ। ਹੈ ਇਹ ਨਕਲੀ ਪੁਲਿਸ ਵਾਲੇ? ਮੈਂ ਐਵੇਂ ਲੱਤਾਂ ਦੁਖਾਈ ਜਾਂਦਾ ਆਪਣੀਆਂ। ਹੋ ਭਾਅ ਜੀ ਪਹਿਲਾਂ ਹੀ ਦੱਸ ਦਿੰਦੇ। ਤੂੰ ਕਿੱਥੇ ਸੀਗਾ ਓਏ? ਮੈਂ ਤਾਂ ਲੁਕਿਆ ਹੋਇਆ ਸੀ ਪਿੱਛੇ ਕਿ ਮੈਨੂੰ ਫੜ ਕੇ ਨਾ ਲੈ ਜਾਣਾ। ਬੈਠੋ ਫਿਰ। ਕਾਕਾ ਲੈ ਕੇ ਤਾਂ ਤੈਨੂੰ ਜਾਣਾ, ਇਹ ਤਾਂ ਇੱਕ ਡਰਾਮਾ ਰਚਿਆ, ਆ ਜਾ ਉਰੇ। ਓਏ ਨਹੀਂ, ਪੁਲਿਸ ਵਾਲੇ ਨਕਲੀ ਨੇ, ਲੱਗਦੇ ਹੀ ਨੇ। ਅੱਛਾ ਨਕਲੀ ਨੇ? ਹਾਂ ਇਹ ਮੇਰੇ ਦੋਸਤ ਨੇ, ਇਹਨਾਂ ਦਾ ਸੁਪਨਾ ਸੀਗਾ ਕਿ ਪੁਲਿਸ ਵਾਲੇ ਬਣਨਾ। ਮੈਂ ਸੋਚਿਆ ਫਿਰ ਬਣਾ ਹੀ ਦਿੰਦੇ ਸੀਰੀਜ਼ ਹੈ ਜੀ। ਭਾਅ ਜੀ ਐਵੇਂ ਡਰਾਉਂਦੇ ਰਹੇ ਤੁਸੀਂ ਮੈਨੂੰ। ਕੁਛ ਕੁ ਲੋਕਾਂ ਨੂੰ ਰਾਹ 'ਤੇ ਲਿਆਉਣ ਲਈ ਡਰਾਉਣਾ ਪੈਂਦਾ। ਮੈਂ ਉਮੀਦ ਕਰਦਾ ਕਿ ਤੁਸੀਂ ਅੱਜ ਤੋਂ ਬਾਅਦ ਇਮਾਨਦਾਰੀ ਅਤੇ ਮਿਹਨਤ ਦੀ ਕਮਾਈ ਖਾਓਗੇ, ਜਿਵੇਂ ਤੁਹਾਨੂੰ ਆਪਣੇ ਬੱਚੇ ਪਿਆਰੇ ਨੇ ਨਾ, ਉਵੇਂ ਸਾਰੀਆਂ ਮਾਵਾਂ ਨੂੰ ਆਪਣੇ ਬੱਚੇ ਪਿਆਰੇ ਹੁੰਦੇ। ਉਹਨਾਂ ਨੂੰ ਵੀ ਉਮੀਦ ਹੁੰਦੀ ਆ ਕਿ ਸਾਡੇ ਬੁਢਾਪੇ 'ਚ ਸਾਡਾ ਬੱਚਾ ਜਵਾਨ ਹੋ ਕੇ ਸਾਡਾ ਸਹਾਰਾ ਬਣੂਗਾ। ਉਹਨਾਂ ਨੂੰ ਵੀ ਉਮੀਦ ਹੁੰਦੀ ਆ ਕਿ ਸਾਨੂੰ ਕੋਈ, ਅਸੀਂ ਬਿਮਾਰ ਹੋਈਏ ਤਾਂ ਸਾਡੀ ਦਵਾਈ ਸਾਡਾ ਪੁੱਤ ਲੈ ਕੇ ਆਊਗਾ, ਪਰ ਜਦੋਂ ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਨਾ, ਉਹਨੂੰ ਸੁੱਧ ਬੁੱਧ ਨਹੀਂ ਰਹਿੰਦੀ ਕਿ ਉਹ ਕੀ ਕਰ ਰਿਹਾ। ਕਦੇ ਉਹ ਆਪਣੀ ਮਾਂ ਨੂੰ ਚਪੇੜਾ ਮਾਰਦਾ, ਕਦੇ ਪਿਓ ਨੂੰ, ਅਤੇ ਜਦੋਂ ਜਵਾਨੀ ਦੇ ਵਿੱਚ ਛੱਡ ਕੇ ਜਾਂਦਾ ਨਾ, ਪਿਓ ਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਆ। ਤੁਸੀਂ ਉਮੀਦ ਜਿਤਾਈ ਹੈ ਨਾ ਸਭ ਤੋਂ, ਅਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ। ਪੱਕਾ ਵਾਅਦਾ, ਅੱਜ ਤੋਂ ਬਾਅਦ ਕਰਨਾ ਤਾਂ ਦੂਰ ਦੀ ਗੱਲ, ਅਸੀਂ ਵੇਚਣ ਵਾਲੇ ਦੇ ਕੋਲੋਂ ਨਹੀਂ ਲੰਘਦੇ। ਮੈਂ ਉਮੀਦ ਕਰਦਾ ਕਿ ਤੁਹਾਡੇ ਭਰਾਵਾਂ ਦਾ ਵਾਅਦਾ ਤੁਹਾਡੇ ਨਾਲ। ਹਾਂ ਬਈ ਠੀਕ ਨੇ ਪਾਪਾ? ਅੱਗੇ ਤੋਂ ਗਲਤ ਕੰਮ ਨਹੀਂ ਕਰਨਗੇ, ਨਾ ਤਾਊ ਜੀ ਕਰਨਗੇ। ਹੈ ਜੀ ਠੀਕ ਹੈ, ਹੁਣ ਠੀਕ ਹੈ? ਹਾਂਜੀ। ਪਾਪਾ ਬੈਡ ਹੈ ਕਿ ਗੁੱਡ ਹੈ? ਗੁੱਡ। ਤਾਊ ਜੀ ਬੈਡ ਹੈ ਕਿ ਗੁੱਡ ਹੈ? ਗੁੱਡ। ਆਪਣੀ ਸੀਰੀਜ਼ ਬੈਡ ਹੈ ਕਿ ਗੁੱਡ ਹੈ? ਗੁੱਡ। ਹੈ ਗੁੱਡ। ਸੋ ਦੋਸਤੋ, ਬੜੀਆਂ ਮੁਸ਼ਕਲਾਂ, ਬੜੀਆਂ ਤਕਲੀਫਾਂ, ਬੜੀਆਂ ਚੀਜ਼ਾਂ ਤੋਂ ਬਾਅਦ ਇਹ ਸੀਰੀਜ਼ ਐਂਡ ਕਰਨ ਲੱਗਿਆ। ਹਜੇ ਬਹੁਤ ਕੁਝ ਸੋਚਿਆ ਸੀਗਾ ਕਿ ਵਧੀਆ ਮੈਸੇਜ ਦਈਏ। ਨਸ਼ਿਆਂ ਦੇ ਲਈ ਇੱਕ ਅਲੱਗ ਤੋਂ ਸੀਰੀਜ਼ ਬਣਾ ਰਹੇ ਹਾਂ, ਸਾਰੇ ਸੀਨ ਉੱਚ ਪਾਵਾਂਗੇ। ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਨਾਲ ਜਿਹੜੇ ਜਿਹੜੇ ਕਰੈਕਟਰ ਨਵੇਂ ਜੁੜੇ ਨੇ ਭਾਅ ਜੀ ਨੇ। ਭਾਅ ਜੀ ਤੁਹਾਡਾ ਨਾਮ? ਭਾਅ ਜੀ ਮੇਰਾ ਨਾਮ ਰਣਵੀਰ। ਇੱਕ ਮਿੰਟ ਮਾਈਕ ਦੇ, ਮਾਈਕ ਹੱਥ ਅੱਗੇ ਅੱਗੇ ਪਾਸ ਕਰੀ ਆਇਓ।
ਭਾਈ ਤੁਹਾਡਾ ਨਾਮ? ਮੇਰਾ ਨਾਮ ਹੈਗਾ ਜੀ ਰਣਵੀਰ ਸਿੰਘ। ਥੋੜ੍ਹਾ ਦੂਰ ਕਰਕੇ ਬੋਲੋ। ਅਤੇ ਭਾਅ ਜੀ ਨੇ ਪੁਲਿਸ ਵਾਲਿਆਂ ਦਾ ਰੋਲ ਬਹੁਤ ਬਾਖੂਬੀ ਨਿਭਾਇਆ। ਐਕਚੁਅਲੀ ਇਹਨਾਂ ਦੀ ਲੁੱਕ ਵੀ ਬਹੁਤ ਵਧੀਆ ਸੀ ਅਤੇ ਡਾਇਲੋਗਬਾਜ਼ੀ ਵੀ ਬਹੁਤ ਵਧੀਆ ਸੀ। ਇੱਕ ਕੁਦਰਤੀ ਗੱਲ ਦੱਸ ਦਈਏ ਕਿ ਜਿਹੜੇ ਇਹਨਾਂ ਨੂੰ ਡਾਇਲੋਗ ਬੋਲੇ ਅੱਧੇ ਤੋਂ ਜ਼ਿਆਦਾ ਅਸੀਂ ਦੱਸੇ ਨਹੀਂ ਸੀਗੇ, ਕੋਲੋਂ ਹੀ ਬੋਲਿਆ, ਕਿਉਂਕਿ ਦਰਦ ਹਰ ਬੰਦੇ ਦੇ ਵਿੱਚ ਹੈ। ਪੰਜਾਬ ਨਸ਼ਿਆਂ ਨੇ ਖਾ ਲਿਆ, ਪੰਜਾਬ ਨਹੀਂ ਬਾਕੀ ਸਟੇਟਾਂ 'ਚ ਵੀ ਇਹੀ ਹਾਲ ਹੈ। ਪਰ ਜੇ ਇਹਨੂੰ ਨੱਥ ਪਾਉਣੀ ਆ ਤਾਂ ਆਪਣੇ ਤੋਂ ਸ਼ੁਰੂ ਕਰਨਾ ਪੈਣਾ। ਤੁਸੀਂ ਆਪਣੇ ਇੱਕ ਦੋਸਤ ਨੂੰ ਜਾਂ ਦੋ ਦੋਸਤਾਂ ਨੂੰ ਨਸ਼ੇ ਤੋਂ ਬਚਾ ਲਓ, ਹੌਲੀ 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 ਚੈਨ ਬਣਦੀ ਜਾਊਗੀ ਅਤੇ ਨਸ਼ਿਆਂ ਦੀ ਭੇਟ ਤੋਂ ਬਾਹਰ ਆ ਜਾਵਾਂਗੇ, ਠੀਕ ਹੈ ਜੀ। ਬਾਕੀ ਬਾਬਾ ਜੀ ਦਾ ਰੋਲ ਤੁਹਾਨੂੰ ਪਤਾ ਹੀ ਹੈ। ਬਾਬਾ ਜੀ ਆਪਣੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ? ਵੀਰੇ ਮੈਂ ਤਾਂ ਤੁਸੀਂ ਦੋ ਡਾਇਲੋਗ ਕਿਹਾ ਨਾ ਭਾਅ ਜੀ ਨੂੰ ਡਰਾਉਣ ਲਈ, ਭਾਅ ਜੀ ਨੇ ਤਾਂ ਚਾਰ ਬੋਲ ਕੇ ਮੈਨੂੰ ਜ਼ਿਆਦਾ ਡਰਾਤਾ, ਮੈਂ ਤਾਂ ਸੱਚੇ ਡਰ ਗਿਆ ਸੀ। ਜਿਹੜੇ ਠੁੱਡੇ ਮਾਰੇ ਉਹ ਭਾਅ ਜੀ ਠੁੱਡੇ ਅਲੱਗ ਮਾਰੇ, ਹੁਣ ਜਿਹੜਾ ਅੱਧਾ ਘੰਟਾ ਮੈਂ ਉੱਥੇ ਲੁਕਿਆ ਰਿਹਾ, ਮੈਂ ਤਾਂ ਸੋਚੀ ਨਾ ਲੈ ਨਾ ਜਾਣ, ਪਰ ਬਚਾਅ ਹੋ ਗਿਆ। ਪਰ ਸਭ ਤੋਂ ਬੈਸਟ ਰੋਲ ਆਪਣਾ ਅਬੂ ਨੇ ਕੀਤਾ ਵਾ। ਅਵਨੀਤ ਕੁਛ ਕਹਿਣਾ ਚਾਹੁੰਦਾ ਤੂੰ? ਮੇਰਾ ਨਾਮ ਅਵਨੀਤ ਕੌਰ ਹੈ। ਇਹ ਵੱਡੀ ਭੈਣ ਹੈ, ਇਹ ਮੇਰੀਆਂ ਦੋਨੇ ਭਤੀਜੀਆਂ ਨੇ ਜੀ। ਇਹਨਾਂ ਨੇ ਵੀ ਮੈਨੂੰ ਜ਼ਿੱਦ ਕਰਦੀਆਂ ਹੁੰਦੀਆਂ ਸੀ ਕਿ ਸਾਨੂੰ ਸੀਰੀਜ਼ ਦੇ ਵਿੱਚ ਰੋਲ ਦਿਓ, ਅਤੇ ਕੱਲ੍ਹ ਇੱਕ ਵਾਰੀ ਮੈਂ ਟਰਾਈ ਕੀਤਾ, ਮੈਂ ਸਾਰੀ ਰਾਤ ਬਾਰ ਬਾਰ ਉਹੀ ਐਪੀਸੋਡ ਦੇਖੀ ਗਿਆ ਕਿ ਟੈਲੈਂਟ ਜਗਾਉਣਾ ਪੈਂਦਾ, ਹੁੰਦਾ ਸਾਰਿਆਂ 'ਚ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਮੇਨ ਲੀਡ ਰੋਲ ਸੀਗੇ, ਨਸ਼ੇ ਤਸਕਰ ਸਮਗਲਰ, ਚਿੱਟਾ ਕੁੜਤਾ ਪਜਾਮਾ, 350 ਪਜਾਮਾ। ਮੈਂ ਪਹਿਲਾਂ ਮੈਂ ਦੱਸਦਾ ਇਹਨਾਂ ਬਾਰੇ। ਇਹ ਮੇਰੇ ਰੀਅਲ ਬ੍ਰਦਰ ਨੇ ਰੈੱਡ ਸ਼ਰਟ 'ਚ, ਇਹ ਰੀਅਲ ਬ੍ਰਦਰ ਤੋਂ ਵੀ ਵੱਧ ਕੇ ਨੇ, ਇਹ ਬੈਸਟ ਫਰੈਂਡ ਨੇ ਬਚਪਨ ਤੋਂ। ਇਹਨਾਂ ਨੇ ਵੀ ਆਪਣੇ ਚੈਨਲ ਸਟਾਰਟ ਕੀਤੇ ਨੇ ਅਤੇ ਮੇਰੇ ਨਾਲ ਇਹ ਕੰਮ ਕਰਨਾ ਚਾਹੁੰਦੇ ਸੀਗੇ। ਮੈਂ ਕਿਹਾ ਫਿਰ ਕਰਾ ਹੀ ਦਿੰਦੇ ਚੰਗੀ ਤਰ੍ਹਾਂ ਹੈ। ਪਰ ਜਦੋਂ ਦੀ ਸੀਰੀਜ਼ ਸ਼ੁਰੂ ਹੋਈ ਆ ਨਾ, ਇਹਨਾਂ ਨੂੰ ਕੋਈ ਸਮਗਲਰ, ਕੋਈ ਮਾਲ ਮੰਗੀ ਜਾਂਦਾ ਇਹਨਾਂ ਤੋਂ, ਕੋਈ ਪੈਸੇ ਮੰਗੀ ਜਾਂਦਾ ਹੈ ਨਾ, ਇੱਦਾਂ ਦਾ ਦੂਰ ਦੂਰ ਤੱਕ, ਨੇੜੇ ਨਹੀਂ ਬਹੁਤ ਦੂਰ ਦੂਰ ਤੱਕ, ਨਸ਼ਿਆਂ ਦਾ ਕੋਈ ਲੈਣ ਦੇਣ ਨਹੀਂ, ਠੀਕ ਹੈ ਜੀ। ਭਾਅ ਜੀ ਭੁੱਕੀ ਕਿੰਨੇ ਰੁਪਏ ਕਿਲੋ ਆ? ਭਾਅ ਜੀ ਕਰ ਲੈਂਦੇ ਹਾਂ ਜੀ, ਪਤਾ ਆਪਾਂ ਨੂੰ ਪੁਲਿਸ ਵਾਲੇ ਆਪਣੇ ਕੋਲ ਬੈਠੇ ਆ, ਉਹਨਾਂ ਨੂੰ ਜ਼ਿਆਦਾ ਪਤਾ ਹੋਣਾ, ਸਾਡਾ ਤਾਂ ਸਿਰਫ ਰੋਲ ਸੀਗਾ ਇਹਦੇ 'ਚ। ਚਿੱਟਾ ਚਿੱਟਾ ਮਿਲ ਜਾਂਦਾ? ਮੈਂ ਕਿਹਾ ਚਿੱਟਾ ਕੁੜਤਾ ਪਜਾਮਾ ਪਾਇਆ ਆਪਾਂ, ਗੱਲ ਹੈ ਕੋਈ, ਇਹਦੇ ਪੈਸੇ, ਇਹਦੇ ਪੈਸੇ ਦੇ ਦੇ, ਨਹੀਂ ਤਾਂ ਔਖਾ ਹੋ ਜਾਣਾ। ਜੋ ਮਰਜ਼ੀ ਆ ਜੀ, ਸਾਰੀ ਸੀਰੀਜ਼ ਦੇ ਵਿੱਚ ਜਿਹੜਾ ਸਭ ਤੋਂ ਬੈਸਟ ਪਾਰਟ ਸਾਨੂੰ ਲੱਗਿਆ ਨਾ, ਮੈਨੂੰ ਦਿਲੋਂ, ਉਹ ਪਨੀਰ ਖਵਾਉਣ ਵਾਲਾ ਲੱਗਿਆ ਬਾਬਾ ਜੀ ਨੂੰ। ਜੇ ਤੁਹਾਨੂੰ ਵਧੀਆ ਲੱਗਿਆ ਦੱਸਿਓ, ਪਨੀਰ ਵਾਲਾ ਰੋਲ ਜਿਹੜਾ ਕਿਹਨੂੰ ਕਿਹਨੂੰ ਵਧੀਆ ਲੱਗਿਆ, ਉਹ ਜਿਹੜੇ ਸੀਗੇ ਡਾਇਲੋਗ ਭਾਅ ਜੀ, ਪਨੀਰ ਪਨੀਰ ਮਿਲੂਗਾ ਦੱਸਣਗੇ ਆਪਣੇ ਵੱਡੇ ਭਾਜੀ ਨੇ, ਰੀਅਲ ਬ੍ਰਦਰ ਨੇ। ਇਹਨੂੰ ਪਤਾ ਨਹੀਂ ਲੱਗਣਾ ਮੈਂ ਦੱਸਣਾ ਕੀ ਆ ਬਾਈ, ਕੀ ਦੱਸਣਾ? ਇੱਦਾਂ ਦੱਸ ਦੋ, ਮੈਂ ਮਨੀਤ ਦਾ ਪਾਪਾ। ਇਹ ਮੇਰਾ ਕੁਲੀਕ ਹੈ ਅਤੇ ਮਤਲਬ ਮੇਰੇ ਚੰਗੇ ਮਾੜੇ ਹਰ ਕੰਮ 'ਚ ਪੂਰਾ ਸਹਿਯੋਗੀ ਹੈ। ਨਹੀਂ ਮਾੜੇ ਵਾਲੇ ਤਾਂ ਪਤਾ ਲੱਗ ਗਏ, ਚੰਗੇ ਵਾਲੇ ਵੀ ਦਿਖਾਵਾਂਗੇ। ਨਹੀਂ ਨਹੀਂ ਚੰਗੇ ਵਾਲੇ ਵੀ ਦਿਖਾਵਾਂਗੇ। ਜੇ ਅਸੀਂ ਦੇਖੋ ਕੁਛ ਗਲਤ ਕੰਮ ਸੀਰੀਜ਼ ਕੀਤਾ ਨਾ, ਅਤੇ ਉਹਦੇ ਨਾਲ ਨਾਲ ਗਰੀਬ ਕੁੜੀਆਂ ਦੇ ਵਿਆਹ ਵੀ ਕਰਦੇ ਹਾਂ, ਕਿਸੇ ਘਰ 'ਚ ਰਾਸ਼ਨ ਵੀ ਪਾ ਕੇ ਆਉਂਦੇ ਹਾਂ, ਮਤਲਬ ਅਸੀਂ ਦੋ ਨੰਬਰ ਦਾ ਪੈਸਾ ਇੱਕ ਨੰਬਰ 'ਚ ਵੀ ਕਨਵਰਟ ਕਰ ਲੈਂਦੇ ਹਾਂ ਅਸੀਂ ਨਾਲ ਦੀ। ਦੇਖਿਆ ਜੇ ਕਦੀ ਵੀਡੀਓ ਨਹੀਂ ਬਣਾਈਆਂ, ਪਰ ਉਹ ਵੀ ਬਣਾਇਆ ਕਰਾਂਗੇ ਹੁਣ ਨਾਲ। ਦੇਖੋ ਜੀ, ਆਪਣੇ ਆਪਣੇ ਚੈਨਲ ਦਾ ਨਾਮ ਵੀ ਦੱਸ ਦਿਓ। ਮੇਰਾ ਚੈਨਲ ਦਾ ਨਾਮ ਹੈਗਾ ਜੀ ਓਏ ਮਨਿੰਦਰ ਸਿੰਘ।
ਅਤੇ ਮੇਰੇ ਚੈਨਲ ਦਾ ਨਾਂ ਹੈਗਾ ਜੀ ਨਵਜੋਤ ਸੈਂਬੀ। ਸੈਂਬੀ ਸਪੈਲਿੰਗ ਮੈਂ ਦੱਸ ਦਿੰਦਾ, SAMBHI ਭਰ ਲਿਓ। ਅਤੇ ਫੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਤਿੰਨਾਂ 'ਤੇ ਸੇਮ ਹੀ ਹੈ, ਤਿੰਨਾਂ 'ਤੇ ਫੋਲੋ ਕਰ ਲਿਓ, ਤਿੰਨਾਂ 'ਤੇ ਫੋਲੋ ਕਰ ਲਿਓ ਜੀ। ਉੱਧਰ 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 ਇਹ ਹੁਣ ਧਮਾਕੇਦਾਰ ਜਿਹੜੀ ਐਂਟਰੀ ਕਰਾਈ ਸੀਗੀ ਸਨੀ ਦੀ, ਕਿਉਂਕਿ ਹਰੇਕ ਸੀਰੀਜ਼ ਦੇ ਥੱਲੇ ਕਮੈਂਟ ਆ ਰਹੇ ਸੀ ਸਨੀ ਕਿੱਥੇ ਆ, ਸਨੀ ਕਿੱਥੇ ਆ, ਸਨੀ ਕਿੱਥੇ ਆ। ਸਨੀ ਅਸੀਂ ਲੁਕੋ ਕੇ ਰੱਖਿਆ ਹੋਇਆ ਸੀ। ਸਨੀ ਦਾ ਇੱਕ ਬੈਸਟ ਰੋਲ ਸੀਗਾ, ਉਹ ਹੋਰ ਰੋਲ ਸੀਗਾ, ਪਰ ਇਹਨੂੰ ਮੋਡੀਫਾਈ ਕਰਕੇ, ਕਿਉਂਕਿ ਸੀਰੀਜ਼ ਦੇ ਵਿੱਚ ਨਾ ਮੋੜ ਆ ਗਿਆ। ਮੋੜ ਕਿੱਦਾਂ ਆ ਗਿਆ, ਜਿਹੜੀ ਅਸੀਂ ਇੱਕ ਪਾਸੇ ਇਹਨਾਂ ਦੀ ਗੱਲਬਾਤ ਚਲਾ ਰਹੇ ਸੀ, ਇੱਕ ਪਾਸੇ ਸ਼ਵੇਤਾ ਜੀ ਦੀ ਗੱਲਬਾਤ ਚਲਾ ਰਹੇ ਸੀ, ਹੈ ਨਾ, ਲਾਡੀ ਨਾਲ। ਲਾਡੀ ਉਰਿਆ ਓਏ, ਇਹ ਮੈਟਰ ਹਜੇ ਕਲੋਜ਼ ਨਹੀਂ ਹੋਇਆ, ਤੁਹਾਨੂੰ ਹੁਣ ਅਸੀਂ ਐਲਾਨ ਕਰ ਦਿੰਦੇ ਹਾਂ ਸੀਜ਼ਨ 3 ਵੀ ਬਣੂਗਾ, ਕਿਉਂਕਿ ਅੱਧੇ ਮੈਸੇਜ ਵਿੱਚ ਰਹਿ ਗਏ, ਸਾਨੂੰ ਵੀ ਚੈਨ ਨਹੀਂ ਆਉਣਾ। ਕੁਛ ਟ੍ਰੈਜਡੀ ਹੋ ਗਈ ਸ਼ਵੇਤਾ ਜੀ ਦੇ ਘਰ, ਸਾਡੀ ਭੈਣ ਆ ਉਹ, ਉਹਨਾਂ ਦੇ ਘਰ ਕੋਈ ਟ੍ਰੈਜਡੀ ਹੋ ਗਈ, ਘਰ ਦੇ ਵਿੱਚ ਕਿਸੇ ਦੀ ਡੈਥ ਹੋ ਗਈ, ਇਸ ਕਰਕੇ ਅਸੀਂ, ਸਾਨੂੰ ਚੰਗਾ ਨਹੀਂ ਲੱਗਿਆ ਕਿ ਅਸੀਂ ਉਹਨਾਂ ਨੂੰ ਸੀਰੀਅਸ ਕਰਕੇ ਉਹਨਾਂ ਨੂੰ ਡਿਸਟਰਬ ਕਰੀਏ, ਹੈ ਨਾ, ਅਤੇ ਅਸੀਂ ਇਹਨੂੰ ਉਹਨਾਂ ਨੂੰ ਇੱਥੇ ਬੁਲਾਈਏ ਨਹੀਂ। ਕੋਈ ਗੱਲ ਨਹੀਂ, 10-15 ਦਿਨਾਂ ਬਾਅਦ ਜਦੋਂ ਵੀ ਸਾਨੂੰ ਲੱਗੂਗਾ, ਅਸੀਂ ਪੂਰੀ ਡਾਇਰੈਕਸ਼ਨ ਦੇ ਨਾਲ ਵਧੀਆ ਇੱਕ ਹੋਰ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੇ, ਸੀਜ਼ਨ 3 ਲੈ ਕੇ ਆਵਾਂਗੇ। ਉਸ ਤੋਂ ਪਹਿਲਾਂ ਇੱਕ ਨਸ਼ਿਆਂ ਵਾਲੀ ਸੀਰੀਜ਼ ਹੋਰ ਬਣਾਵਾਂਗੇ, ਇੱਕ ਅਸੀਂ ਇੱਕ ਹੋਰ ਸੀਰੀਜ਼ ਸੋਚੀ ਹੋਈ ਹੈ ਗਰੀਬ ਕੁੜੀ ਵਾਲੀ, ਉਹ ਤਾਂ ਬਾਹਲੀ ਬੈਸਟ ਹੈ, ਬਸ ਇੱਕ ਆਰਟਿਸਟ ਦੀ ਕਮੀ ਆ, ਉਹ ਆ ਜਾਵੇ ਬਣਾ ਦਾਂਗੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਆ, ਹੈ ਨਾ। ਸਨੀ ਆ ਗਿਆ ਹੋਇਆ, ਕਾਮੇਡੀ ਵੀਡੀਓ ਵੀ ਆਉਣਗੀਆਂ ਸਨੀ ਸੋਤਾ ਚੈਨਲ ਦੇ ਉੱਤੇ, ਸਨੀ ਸਿੰਘ ਸੋਤਾ। ਭਾਅ ਜੀ ਕੁਛ ਕਹਿਣਾ ਚਾਹੁੰਦੇ ਹੋ? ਭਾਈ ਸਤਿ ਸ਼੍ਰੀ ਅਕਾਲ ਜੀ, ਸਾਡੀ ਸੀਰੀਜ਼ ਨੂੰ ਇੰਨਾ ਪਿਆਰ ਦੇਣ ਵਾਸਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਕਿੰਨੇ ਸ਼ੇਅਰ ਚਾਹੀਦੇ ਬਾਈ ਆਹ ਸੀਰੀਜ਼? 1,000। ਬਾਕੀ ਲਾਡੀ ਨੇ ਬਹੁਤ ਸੋਹਣਾ ਰੋਲ ਕੀਤਾ, ਢਾਬੇ ਤੋਂ ਲੈ ਕੇ ਦੁਕਾਨ ਤੱਕ, ਦੁਕਾਨ ਤੋਂ ਸੁਧਰਨ ਤੱਕ। ਹਜੇ ਇਹਨੂੰ ਸੁਧਾਰਨਾ ਨਹੀਂ ਸੀਗਾ, ਹਜੇ ਇਹ ਤੋਂ ਪਨੀਰ ਟਿੱਕਾ ਬਣਵਾਉਣਾ ਸੀ ਦੁਕਾਨ ਦੇ ਉੱਤੇ ਸ਼ਵੇਤਾ ਨਾਲ, ਜਿਹੜਾ ਪਨੀਰ ਟਿੱਕਾ ਸੀ ਉਹ ਵੀ ਇੱਕ ਅਲੱਗ ਹੀ ਸਸਪੈਂਸ ਸੀਗਾ, ਹਜੇ ਤੱਕ ਕਿਸੇ ਨੂੰ ਸਮਝ ਨਹੀਂ ਆਇਆ, ਪਰ ਅਗਲੀ ਸੀਰੀਜ਼ 'ਚ ਸਮਝ ਆਊਗਾ, ਕਿਉਂ ਬਾਈ? ਹਾਂਜੀ ਹਾਂਜੀ ਬਿਲਕੁਲ ਵੀਰੇ, ਅਗਲੀ ਸੀਰੀਜ਼ 'ਚ ਹੋਰ ਵੀ ਘੈਂਟ ਕੰਮ ਕਰਾਂਗੇ ਅਤੇ ਹੋਰ ਵੀ ਨਜ਼ਾਰੇਦਾਰ ਕੰਮ ਕਰਾਂਗੇ। ਅਤੇ ਆਹ ਫਾਰਮ ਹਾਊਸ ਬਾਰੇ ਕੀ ਕਹਿਣਾ ਤੁਹਾਡਾ? ਬੈਸਟ ਹੈ, ਬਹੁਤ ਜਲਦੀ ਅਗਲੀ ਵੀਡੀਓ ਆ ਰਹੀ ਆ ਇਸ ਫਾਰਮ ਹਾਊਸ ਬਾਰੇ। ਕਿਸੇ ਨੂੰ ਵੀ ਰਿਕੁਆਇਰਮੈਂਟ ਹੋਵੇ ਇਸ ਫਾਰਮ ਹਾਊਸ ਦੀ, ਰੈਂਟ 'ਤੇ ਮਿਲਦਾ ਹੈ। ਹਰੇਕ ਦੀ ਕਰੈਕਸ਼ਨ ਇਹੀ ਕਰਦੀ ਆ, ਠੀਕ ਹੈ? ਕੋਈ ਵੀ ਗਲਤ ਵਰਡ ਬੋਲ ਦੋ ਘਰ ਦੇ ਵਿੱਚ, ਇਹਨੇ ਕਰੈਕਟ ਕਰਨਾ ਹੁੰਦਾ। ਗਿੱਪੀ ਗਰੇਵਾਲ ਦਾ ਮੁੰਡਾ ਨੀ ਜਿਵੇਂ, ਉਵੇਂ ਸਾਡੀ ਕੁੜੀ ਹੈ। ਹਾਂਜੀ ਅਵਨੀਤ ਸਿੰਘ ਜੀ, ਖਤਮ ਕਰ ਦਈਏ, ਕਿੰਨੇ ਸ਼ੇਅਰ ਚਾਹੀਦੇ? ਸਹੀ ਸੀ ਦੱਸੀ, 100 ਲੱਖ। ਹਾਂ ਮਤਲਬ 100 ਲੱਖ ਮਤਲਬ 3,000। 3,000 ਓਕੇ, 3,000 ਸ਼ੇਅਰ ਚਾਹੀਦੇ ਆ ਤਾਂ ਅਗਲੀ ਸੀਰੀਜ਼ ਆਊਗੀ, ਨਹੀਂ ਤਾਂ ਨਹੀਂ ਆਊਗੀ। ਸੀਜ਼ਨ 3 ਜਲਦੀ ਲੈ ਕੇ ਆਵਾਂਗੇ ਫਿਰ। 3,000 ਕਰ ਦਿਓ ਹੁਣ, 300 ਦੇ। ਇੱਕ ਮਿੰਟ, ਇੱਕ ਮਿੰਟ, ਧਮਕੀ ਦਵਾ ਦਿੰਦੇ ਆ ਪੁਲਿਸ ਵਾਲੇ ਭਾਈ, ਤੁਸੀਂ ਕਹਿ ਦਿਓ ਕਰ ਦਿਓ ਕਿ ਨਹੀਂ। ਬੰਦਿਆਂ ਵਾਂਗੂ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਨਹੀਂ ਅਸੀਂ ਕਰਾਉਣਾ ਜਾਣਦੇ ਹਾਂ ਫਿਰ। ਸੋ ਗਾਇਜ਼, ਬਹੁਤ ਬਹੁਤ ਪਿਆਰ ਕਰਨ ਲਈ ਬਹੁਤ ਬਹੁਤ ਧੰਨਵਾਦ। ਸਾਡੀ ਟੀਮ ਇੱਦਾਂ ਹੀ ਵਧੀਆ ਵਧੀਆ ਮੈਸੇਜ ਲੈ ਕੇ ਤੁਹਾਡੇ ਅੱਗੇ ਆਉਂਦੀ ਰਹੂਗੀ, ਵਧੀਆ ਵਧੀਆ ਮੈਸੇਜ ਜਿਹੜੇ ਕਨਵੇ ਕਰਦੀ। ਆ ਜਾਓ ਫਿਰ, ਆ ਜਾਓ, ਚਲੀਏ ਸੀਰੀਜ਼ ਖਤਮ ਕਰਦੇ ਹਾਂ, ਅਗਲੀ ਸੀਰੀਜ਼ ਦੇ ਨਾਲ ਮਿਲਾਂਗੇ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਸੁਰਿੰਦਰ ਸਿੰਘ ਪੇਜ। 1 ਤਰੀਕ ਨੂੰ ਵੋਟਾਂ ਨੇ, ਵੋਟਾਂ ਜ਼ਰੂਰ ਪਾਉਣ ਜਾਇਓ, ਠੀਕ ਹੈ? ਜਿਹੜਾ ਵੋਟ ਨਹੀਂ ਪਾਉਂਦਾ ਮਤਲਬ ਉਹ ਕਾਇਰ ਹੈ, ਭਾਵੇਂ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਪਾਓ, ਭਾਵੇਂ ਕਿਸੇ ਨਨ 'ਤੇ ਪਾ ਕੇ ਆ ਜਾਓ, ਪਰ ਪਰਸੈਂਟੇਜ ਪੂਰੀ ਕਰੋ। ਪੰਜਾਬ ਦਾ ਨਾਂ ਪਹਿਲਾਂ ਹੀ ਬਹੁਤ ਪਿੱਛੇ ਚਲਾ ਗਿਆ, ਉਹਨੂੰ ਅੱਗੇ ਲੈ ਕੇ ਆਉਣਾ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ, ਕੀਪ ਸ਼ੇਅਰਿੰਗ। ਬਾਏ ਬਾਏ, 2,00,000 ਮੇਰਾ ਵਾਪਸ ਮਿਲ ਗਿਆ ਜੀ ਮੈਨੂੰ, 2,00,000 ਮਿਲ ਗਿਆ।
ਇੰਨੇ ਦੀ ਉਹ ਲਾਹਨਤ ਆਈ।